ਬਹੁਤ ਹੀ ਪਿਆਰੇ ਬੱਚਿਓ ਆਪਾਂ ਅੱਜ ਇਲੈਕਟਿਵ ਪੰਜਾਬੀ ਵਿੱਚ ਆਧੁਨਿਕ ਪੰਜਾਬੀ ਕਾਵ ਚਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਪੜਾਂਗੇ ਬੱਚਿਓ ਪਰ ਉਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਪੂਰਨ ਸਿੰਘ ਦੀ ਜ਼ਿੰਦਗੀ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੀ ਬੱਚਿਓ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਲਿਖਣ ਦੀ ਪਹਿਲ ਕੀਤੀ ਆਪ ਦਾ ਜਨਮ ਪਿੰਡ ਸਲਹਾਟ ਜ਼ਿਲ੍ਹਾ ਐਪਟਾਬਾਦ ਪਾਕਿਸਤਾਨ ਵਿੱਚ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ ਆਪ ਨੇ ਟੋਕੀਓ ਯੂਨੀਵਰਸਿਟੀ ਜਪਾਨ ਤੋਂ ਵਿਗਿਆਨ ਅਤੇ ਦਰਸ਼ਨ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਜਪਾਨ ਵਿੱਚ ਆਪ ਨੂੰ ਉੱਥੋਂ ਦੇ ਵਾਤਾਵਰਣ ਅਤੇ ਬੋਧੀ ਸਭਿਅਤਾ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਆਪ ਬੋਧੀ ਬਣ ਗਏ ਫਿਰ ਸੁਆਮੀ ਰਾਮ ਤੀਰਤ ਦੇ ਪ੍ਰਭਾਵ ਅਧੀਨ ਆਪ ਵਿਦਾਂਤੀ ਬਣ ਗਏ ਪਰ ਅਖੀਰ ਵਿੱਚ ਭਾਈ ਵੀਰ ਸਿੰਘ ਦੇ ਮਿਲਾਪ ਅਤੇ ਗੁਰਮਤ ਦੀ ਪ੍ਰੇਰਣਾ ਸਦਕਾ ਆਪ ਨੇ ਫਿਰ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਇਸ ਕਰਕੇ ਆਪ ਦੀ ਰਚਨਾ ਅਤੇ ਗੁਰਮਤ ਦੇ ਨਾਲ ਨਾਲ ਬੁੱਧਮਤ ਅਤੇ ਵਿਦਾਂਤ ਦਾ ਵੀ ਪ੍ਰਭਾਵ ਹੈ ਉਹਨਾਂ ਦੀ ਰਚਨਾ ਦੇ ਉੱਤੇ ਪ੍ਰੋਫੈਸਰ ਪੂਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਅਤੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਪੁਸਤਕਾਂ ਲਿਖੀਆਂ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਦਾ ਮੂਲ ਭਾਵੇਂ ਅਧਿਆਤਮਕ ਸੀ ਪਰ ਇਹ ਅਧਿਆਤਮਕਵਾਦ ਦਾ ਬੜਾ ਵਿਸ਼ਾਲ ਅਤੇ ਡੁੰਗੇਰਾ ਹੈ ਖੁੱਲੇ ਡੁੱਲੇ ਸਭਾ ਅਤੇ ਸਤੰਤਰ ਸ਼ਖਸੀਅਤ ਤੇ ਮਾਲਕ ਹੋਣ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਤੋਲ ਤੁਕਾਂਤ ਅਤੇ ਛੰਦ ਦੀ ਬੰਦਿਸ਼ ਨੂੰ ਵੀ ਟੁਕਰਾ ਦਿੱਤਾ ਅਤੇ ਸਹਿਲਾਨੀ ਛੰਦ ਵਿੱਚ ਕਵਿਤਾ ਰਚੀ ਆਪ ਦੀ ਕਵਿਤਾ ਦੇ ਵਿੱਚ ਲੈ ਅਤੇ ਬਲਬਲੇ ਦਾ ਵੇਗ ਹੈ ਆਪ ਨੇ ਪੰਜਾਬ ਦੀ ਧਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਬੜਾ ਸੁਚੱਜਾ ਅਤੇ ਭਰਪੂਰ ਚਿੱਤਰ ਪੇਸ਼ ਕੀਤਾ ਹੈ। ਆਪ ਨੇ ਪੰਜਾਬ ਦੇ ਕਣਕਾਂ ਨਾਲ ਟੁੰਗੀ ਸਾਂਝ ਅਤੇ ਅਤੁੱਟ ਪਿਆਰ ਦਰਸਾਇਆ ਹੈ। ਬੀਤ ਚੁੱਕੇ ਸਮੇਂ ਵਿੱਚ ਉਹਨਾਂ ਨੂੰ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਅਤੇ ਨਵੀਂ ਸਭਿਅਤਾ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਇਸ ਕਰਕੇ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਹਥਲੇ ਕਾਪ ਸੰਗ੍ਰਹਿ ਵਿੱਚ ਆਪ ਦੀਆਂ ਰਚਨਾਵਾਂ ਵਿੱਚੋਂ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਕਵਤਾ ਸ਼ਾਮਿਲ ਕੀਤੀ ਗਈ ਹੈ ਇਸ ਵਿੱਚ ਕਵੀ ਦਾ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਪ੍ਰਤੀ ਬਹੁਤ ਪਿਆਰ ਪ੍ਰਗਟ ਕੀਤਾ ਹੋਇਆ ਮਤਲਬ ਨਜ਼ਰ ਆਉਂਦਾ ਸਾਨੂੰ ਠੀਕ ਹੈ ਨਾ ਤੇ ਹੁਣ ਆਪਾਂ ਪੜਦੇ ਆਂ ਬੱਚਿਓ ਉਹਨਾਂ ਦੀ ਜੋ ਕਵਤਾ ਹੈ ਕਿਹੜੀ ਕਵਤਾ ਹੈ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਜਿਵੇਂ ਕਿਸ ਦੇ ਸਰਲੇਖ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਵੀ ਜੋ ਆਪਣੇ ਦੇਸ਼ ਪ੍ਰੇਮ ਦੀ ਗੱਲ ਕੀਤੀ ਹੋएगी ਇਸ ਦੇ ਵਿੱਚ ਬੱਚੋ ਉਹ ਖੁੱਲੀ ਕਵਤਾ ਲਿਖਦੇ ਸਨ ਪਹਿਲਾਂ ਹੁੰਦਾ ਸੀ ਕਵਤਾ ਨਾ ਜਿਵੇਂ ਹੀਰ ਪੀਰ ਨੀਰ ਐਦਾਂ ਪਰ ਉਹਨਾਂ ਨੇ ਖੁੱਲੀ ਲਿਖੇ ਸੀ ਜੋ ਵਿਚਾਰ ਹੁੰਦੇ ਸੀ ਉਹ ਲਿਖਦੇ ਸੀ ਇਹ ਨਹੀਂ ਸੀ ਕਿ ਇਹ ਦੇਖਣਾ ਤੁਕਬੰਦੀ ਹੈ ਕਿ ਨਹੀਂ ਹੈ ਠੀਕ ਹੈ ਬੱਚੋ ਉਹਨਾਂ ਨੇ ਪੂਰਨੇ ਪਾਈ ਸੀ ਇਹ ਤੇ ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਕਰ ਲੈਨੇ ਆ ਇਹ ਕਾਵ ਟੁੱਟਾ ਆਧੁਨਿਕ ਪੰਜਾਬੀ ਕਾਵ ਚਾਲਕਾ ਤੇ ਇਤਿਹਾਸ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਤੇ ਇਹਨਾਂ ਸਤਰਾਂ ਵਿੱਚ ਕਵੀ ਨੇ ਆਪਣੇ ਦੇਸ਼ ਪੰਜਾਬ ਦੀ ਇੱਕ ਇੱਕ ਚੀਜ਼ ਨਾਲ ਪਿਆਰ ਪ੍ਰਗਟ ਕਰਦੇ ਹੋਏ ਉਸ ਨੂੰ ਅਸੀਸਾਂ ਦਿੱਤੀਆਂ ਹਨ ਚਲੋ ਫਿਰ ਆਪਾਂ ਵਿਆਖਿਆ ਕਰੀਏ ਵਸਣ ਤੇਰੇ ਮਹਿਲ ਤੇ ਮਾੜੀਆਂ ਵਸਣ ਹੋਰ ਵੱਗ ਖੁਸ਼ ਤੇਰੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ ਵਸਣ ਤੇਰੇ ਦੇਸ਼ ਪਰਦੇਸ਼ ਸਾਰੇ ਸੁਖੀ ਸੁਖੀ ਤੇਰੇ ਜਾਏ ਤੇ ਜਾਈਆਂ ਵਸਣ ਤੇਰੇ ਬਾਗ ਤੇਰੀਆਂ ਬਹਾਰਾਂ ਫੁੱਲਣ ਤੇ ਫਲਣ ਤੇਰੀਆਂ ਪੈਲੀਆਂ ਪ੍ਰੋਫੈਸਰ ਪੂਰਨ ਸਿੰਘ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦਾ ਹੋਇਆ ਕਹਿੰਦਾ ਹੈ ਕਿ हे ਮੇਰੇ ਮਹਾਨ ਤੇ ਪਿਆਰੇ ਦੇਸ਼ ਤੇਰੇ ਮਹਿਲ ਤੇ ਮਾੜੀਆਂ ਸਦਾ ਕਾਇਮ ਰਹਿਣ ਤੇ ਇਹਨਾਂ ਨਾਲੋਂ ਵਧੇਰੇ ਖੁਸ਼ੀ ਹੋਰ ਜੋ ਝੁੱਗੀਆਂ ਦੇ ਵਿੱਚ ਰਹਿੰਦੇ ਹਨ ਉਹ ਵੀ ਹੋਣ ਤੇਰੇ ਸਾਰੇ ਦੇਸ਼ ਪਰਦੇਸ਼ ਭਾਵੇਂ ਤੇਰੇ ਛੋਟੇ ਵੱਡੇ ਹਿੱਸੇ ਵੀ ਵਸਣ ਰਸਣ ਤੇਰੇ ਧੀਆਂ ਪੁੱਤ ਵਸਦੇ ਰਹਿਣ ਤੇਰੇ ਬਾਗਾਂ ਤੇ ਪਹਾੜਾਂ ਵੀ ਸਦਾ ਹੀ ਕਾਇਮ ਰਹਿਣ ਤੇ ਤੇਰੀਆਂ ਪੈਲੀਆਂ ਵੀ ਸਦਾ ਹੀ ਵਧਣ ਤੇ ਫੁੱਲਣ ਜੀਣ ਤੇਰੇ ਪਿੱਪਲ ਤੇ ਅੰਬ ਪਿਆਰੇ ਜੀਣ ਤੇਰੀਆਂ ਸਦਾ ਸਾਵੀਆਂ ਬੋੜਾ ਜੀਣ ਤੇਰੇ ਤੂਤ ਸ਼ਹਿ ਤੂਤ ਸਾਰੇ ਜੀਣ ਤੇਰੀਆਂ 베ਰੀਆਂ ਫਲਾਈਆਂ ਜੀਣ ਕਿਕਰ ਜੀਣ ਜੀਣ ਤੇਰੇ ਝਾੜ ਤੇ ਝਾੜੀਆਂ ਬੱਚੋ ਦਰਖਤਾਂ ਬਾਰੇ ਕਿਹਾ ਹੁਣ ਉਹਨਾਂ ਨੇ ਦਰਖਤਾਂ ਇਹ ਨਾਮ ਆਉਣਗੇ ਸਾਰੇ ਪੂਰਨ ਸਿੰਘ ਜੀ ਕਹਿੰਦੇ ਹਨ ਕਿ हे ਮੇਰੇ ਮਹਾਨ ਤੇ ਪਿਆਰੇ ਦੇਸ਼ ਤੇਰੇ ਪੀਪਲ ਤੇ ਅੰਬ ਵੀ ਸਦਾ ਵਸਤੇ ਰਹਿਣ ਤੇਰੀਆਂ ਸਦਾ ਹਰੀਆਂ ਤੇ ਭਰੀਆਂ ਜੋ ਬੋੜਾਂ ਦੀਆਂ ਕਤਾਰਾਂ ਨੇ ਉਹ ਵੀ ਜਿਉਂਦੀਆਂ ਰਹਿਣ ਤੇਰੇ ਤੂਤ ਦਾ ਵੀ ਦਰਖਤ ਹੁੰਦਾ ਹੈ ਸ਼ੈਤੂਤ ਦਾ ਵੀ ਦਰਖਤ ਹੁੰਦਾ ਹੈ ਸਭ ਜਿਉਂਦੇ ਰਹਿਣ 베ਰੀਆਂ ਵੀ ਦਰਖਤ ਹੁੰਦਾ ਉਹ ਵੀ ਜਿਉਂਦੇ ਰਹਿਣ ਤੇਰੇ ਕਿਕਰ ਫਲਾ ਤੇ ਝਾੜ ਝਾੜੀਆਂ ਸਾਰੇ ਹੀ ਜਿਉਂਦੇ ਰਹਿਣ ਠੀਕ ਹੈ ਨਾ ਸਾਰਾ ਕੁਝ ਜਿਉਂਦਾ ਰਹੇ ਮਿੱਠੇ ਮਿੱਠੇ 베ਰ ਤੇਰੇ ਮਿੱਠੇ ਤੇਰੇ ਚਸ਼ਮਿਆਂ ਦੇ ਹੀਰੇ ਡਲਕਦੇ ਪਾਣੀ ਤੇਰੇ ਮਿੱਠੇ ਮਿੱਠੇ 베ਰ ਤੇਰੇ ਚਸ਼ਮਿਆਂ ਦੇ ਹੀਰਿਆਂ ਵਰਗੇ ਡਲਕਤੇ ਵਿੱਚ ਮਤਲਬ ਚਮਕਦੇ ਪਾਣੀ ਉਹ ਸਦਾ ਹੀ ਵਸਦੇ ਰਹਿਣ ਉੱਚੇ-ਉੱਚੇ ਪਰਬਤ ਤੇਰੇ ਤੇਰੇ ਜੰਗਲ ਦੇ ਉਦਾਰ ਸੁਹਾਵਣੇ ਉੱਚੇ-ਉੱਚੇ ਪਹਾੜ ਤੇ ਤੇਰੇ ਦਿਉਦਾਰ ਦੇ ਸੁਹਾਵਣੇ ਜੰਗਲ ਸਦਾ ਕਾਇਮ ਰਹਿਣ ਪਛੋ ਜਿਹੜੇ ਪਹਾੜਾਂ ਦੇ ਉੱਪਰ ਦਰਖਤ ਹੁੰਦੇ ਨੇ ਨਾ ਆਪਾਂ ਦੇਖਦੇ ਕੁਝ ਇਹ ਹੀ ਹੁੰਦੇ ਨੇ ਤੇ ਉਦਾਰ ਹੁੰਦਾ ਉਹਨਾਂ ਦਾ ਨਾਮ ਅੱਗੇ ਆ ਗਿਆ ਜੀਣ ਲੱਖਾਂ ਰੰਗ ਤੇਰੇ ਤਰਤ ਆਕਾਸ਼ ਦੇ ਜੀਣ ਤੇਰੀਆਂ ਸੁਆਣੀਆਂ ਜੀਣ ਤੇਰੇ ਮਾਲ ਡੰਗਰ ਠੀਕ ਹੈ ਨਾ ਵੀ ਤੇਰੇ ਜਿਹੜੇ ਤਰਤ ਆਕਾਸ਼ ਤੇਰੇ ਸਦਾ ਹੀ ਜਿਉਂਦੇ ਰਹਿਣ ਤੇਰੇ ਮਾਲ ਡੰਗਰ ਮਾਲ ਸਾਰੇ ਹੀ ਸੁਆਣੀਆਂ ਮਤਲਬ ਜਿਹੜੀਆਂ ਔਰਤਾਂ ਹੁੰਦੀਆਂ ਨੇ ਸਾਰੇ ਉਹ ਤੇਰੇ ਜਿਉਂਦੇ ਰਹਿਣ ਠੀਕ ਹੈ ਨਾ ਜੀਣ ਤੇਰੇ ਬਾਲ ਸਾਰੇ ਮੁਸ ਮੁਸ ਰੋਣ ਵਾਲੇ ਭਰੀਆਂ ਰਹਿਣ ਤੇਰੀਆਂ ਲੱਸੀ ਦੀਆਂ ਚਾਟੀਆਂ ਵੀ ਤੇਰੇ ਸਾਰੇ ਬਾਲ ਵੀ ਜਿਉਂਦੇ ਰਹਿਣ ਠੀਕ ਹੈ ਜਿਹੜੇ ਉਹ ਮੁਸ ਮੁਸ ਰੋਣ ਵਾਲੇ ਬਾਲਕ ਵੀ ਚਿਰਨਜੀਵ ਰਹਿਣ ਜਿਉਂਦੇ ਰਹਿਣ ਤੇਰੇ ਘਰਾਂ ਵਿੱਚ ਲੱਸੀਆਂ ਦੀਆਂ ਚਾਟੀਆਂ ਭਰੀਆਂ ਰਹਿਣ ਅਤੇ ਉਹਨਾਂ ਉੱਪਰ ਮੱਖਣ ਦੇ ਪੀਨੇ ਵੀ ਤੁਰਦੇ ਰਹਿਣ ਠੀਕ ਹੈ ਨਾ ਉੱਪਰ ਤਰਦੇ ਉਹਨਾਂ ਤੇ ਮੱਖਣ ਦੇ ਪੀਨੇ ਫਿਰਨ ਘੁੰਮ ਘੁੰਮ ਸਵੇਰ ਸਾਰ ਲਾਲ ਲਾਲ ਮਧਾਣੀਆਂ ਦੁੱਧ ਤਹੀਂ ਆਮ ਹੋਵੇ ਠੰਡ ਠੰਡ ਪਾਂਦੀਆਂ ਵੀ ਸਫੇਰਸਾਰ ਇੰਨੇ ਦੁੱਧ ਦੇ ਦਰਿਆ ਵਗਣ ਵੀ ਸਫੇਰਸਾਰ ਸਾਰੇ ਪਾਸੇ ਦੁੱਧ ਦੀਆਂ ਮਧਾਣੀਆਂ ਘੁੰਮਣ ਜੇ ਦੁੱਧ ਹੋਊਗਾ ਬੱਚੇ ਤਾਂ ਹੀ ਮਧਾਣੀਆਂ ਚੱਲਣਗੀਆਂ ਨਾ ਠੀਕ ਹੈ ਨਾ ਫਿਰ ਤੇਰੇ ਘਰਾਂ ਦੇ ਵਿੱਚ ਠੰਡ ਪਾਉਣ ਵਾਲੇ ਲੱਸੀ ਹੈ ਜਿਹੜੀ ਦੁੱਧ ਤਹੀਂ ਉਹ ਆਮ ਹੋਵੇ ਜੀਣ ਤੇਰੇ ਮਜ਼ੂਰ ਤੇ ਮਜ਼ੂਰਨੀਆਂ ਜੀਣ ਸਾਰੇ ਕੰਮ ਕਰਨ ਵਾਲੇ ਤੇਰੇ ਸਾਰੇ ਹੀ ਕੰਮ ਕਰਨ ਵਾਲੇ ਮਜ਼ੂਰ ਮਜ਼ੂਰ ਤੇ ਮਜ਼ਦੂਰਨੀਆਂ ਮਤਲਬ ਜਿਉਂਦੇ ਰਹਿਣ ਜੀਣ ਤੇਰੇ ਮਹਿਲ ਉਸਾਰਨ ਵਾਲੇ ਨਾਲੇ ਉਹ ਜਿਹੜੇ ਇੱਟਾਂ ਫੜਾਣ ਸਿੱਤੇ ਰੱਖ ਕੇ ਵੀ ਤੇਰੇ ਮਹਿਲ ਉਸਾਰਨ ਵਾਲੇ ਵੀ ਤੇ ਜਿਹੜੇ ਇੱਟਾਂ ਫੜਾਉਂਦੇ ਨੇ ਮਜ਼ਦੂਰ ਤੇਰੇ ਉਹ ਵੀ ਚੁੰਦੇ ਰਹਿਣ ਗਾਰਾ ਉਲਾਰਨ ਵਾਲੇ ਉੱਚੀ ਉੱਚੀ ਗੋਹਾਾਂ ਤੇ ਵੀ ਮਤ ਜਿਹੜੇ ਤੇਰੇ ਘਰ ਪੈਂਦੇ ਨੇ ਉੱਚੀ ਉੱਚੀ ਬਿਲਡਿੰਗਾਂ ਪੈਂਦੀਆਂ ਨੇ ਠੀਕ ਹੈ ਘਰ ਪੈਂਦੇ ਨੇ ਬਹੁਤ ਸੋਹਣੇ ਹੈ ਮੇਰੇ ਪੰਜਾਬ ਤੂੰ ਸਦਾ ਆਬਾਦ ਰਹੇਂ ਤੇਰੇ ਸੋਹਣੇ ਸੋਹਣੇ ਸੁਪਨੇ ਹੋਰ ਵੀ ਸੋਹਣੇ ਹੋਣ ਠੀਕ ਹੈ ਬਿਓ ਸਾਰੇ ਲੋਕ ਜਿਉਂਦੇ ਰਹਿਣ ਜੋ ਕੰਮੇ ਨੇ ਕੰਮ ਕਰਦੇ ਨੇ ਜੋ ਗਾਰਾ ਓਲਾਰ ਕੀ ਉੱਚੀਆਂ ਉੱਚੀਆਂ ਗੋਹਾਂ ਜਾਂ ਪੈੜਾਂ ਤੱਕ ਪਹੁੰਚਾਉਂਦੇ ਨੇ ਜਦੋਂ ਘਰ ਬਣਦਾ ਨਾ ਬੱਚਿਓ ਉੱਚੀਆਂ ਉੱਚੀਆਂ ਪੈੜਾਂ ਲਾ ਕੇ ਉੱਪਰ ਗਾਰਾ ਪਹੁੰਚਾਇਆ ਜਾਂਦਾ ਹੈ ਸੀਮਿੰਟ ਪਹੁੰਚਾਇਆ ਜਾਂਦਾ ਉਹ ਵੀ ਸਾਰੇ ਜਿਉਂਦੇ ਰਹਿਣ ਥੀਣ ਲੰਮੇ ਹੋਰ ਲੰਮੇ ਤੇਰੇ ਸੋਹਣੇ ਸੋਹਣੇ ਸੁਪਨੇ ਤੇ ਲੰਮੀਆਂ ਸਿਆਲ ਦੀਆਂ ਰਾਤਾਂ ਪਿਆਰ ਵਾਲੀਆਂ ਵੱਡੇ ਵੱਡੇ ਕੰਮ ਕਰੀ ਛੋਟੇ ਛੋਟੇ ਹੱਥਾਂ ਨਾਲ ਬੰਨ ਨੂੰ ਬੰਨੀ ਅਸਰਾਰ ਵਾਲੀ ਚੰਦ ਈਦ ਦਾ ਹੋਵੇ ਸਦਕੇ ਇੱਕ ਸਾਰੀ ਦੁਨੀਆ ਵਾਸਤੇ ਕਦਮ ਕਦਮ ਮੈਂ ਦੇਵਾ ਤੈਨੂੰ ਉਹ ਦੇਸ਼ ਪਿਆਰੇ ਲੱਖ ਲੱਖ ਮੁਬਾਰਕਾਂ ਤੋ ਕਹਿੰਦੇ ਨੇ ਵੀ ਤੇਰੇ ਸੋਹਣੇ ਸੋਹਣੇ ਸੁਪਨੇ ਹੋਰ ਲੰਮੇ ਹੋਣ ਤੇਰੀਆਂ ਸਿਆਲ ਦੀਆਂ ਪਿਆਰ ਭਰੀਆਂ ਰਾਤਾਂ ਹੋਰ ਵੀ ਲੰਮੀਆਂ ਹੋਣ ਤੂੰ ਕੋਈ ਭੇਤ ਭਰੇ ਨਿਸ਼ਾਨੇ ਬਣਾਈ ਰੱਖੇ ਅਰਥਾਤ ਤੂੰ ਅਜਿਹੇ ਨਿਸ਼ਾਨਿਆਂ ਵੱਲ ਵਾਧਾ ਰਹੀਂ ਜਿਨ੍ਹਾਂ ਦੀ ਦੁਨੀਆ ਨੂੰ ਖਬਰ ਵੀ ਨਹੀਂ ਤੈਨੂੰ ਦੇਖ ਕੇ ਈਦ ਦਾ ਚੰਦ ਸਾਰੀ ਦੁਨੀਆ ਤੇ ਤੂੰ ਕੁਰਬਾਨ ਹੋਵੇ हे ਮੇਰੇ ਪਿਆਰੇ ਦੇਸ਼ ਮੈਂ ਤੈਨੂੰ ਕਦਮ-ਕਦਮ ਤੇ ਲੱਖ-ਲੱਖ ਮੁਬਾਰਕਾਂ ਦਿੰਦਾ ਹਾਂ ਵਾਕ ਹੀ ਪਛੋ ਪੰਜਾਬ ਬਹੁਤ ਖੁਸ਼ਹਾਲ ਹੈ ਬਹੁਤ ਖੁਸ਼ਹਾਲ ਤੇ ਆਪਾਂ ਇਸ ਦੀ ਜੋ ਖੁਸ਼ਹਾਲੀ ਉਹ ਕਾਇਮ ਰੱਖਣੀ ਆ ਤੇ ਹੁਣ ਆਪਾਂ ਕੇਂਦਰੀ ਭਾਵ ਕਰਦੇ ਆ ਬੱਚਿਓ ਕਿ ਦੇਸ਼ ਨੂੰ ਅਸੀਂ ਸਾਡੇ ਗਰੀਬਾਂ ਦੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚੀ ਹੋਈ ਹੈ ਇਸ ਦਾ ਵਿਸ਼ਾ ਕਵੀ ਦੇ ਦਿਲ ਵਿੱਚ ਵਸਦਾ ਡੂੰਗਾ ਪੰਜਾਬ ਪਿਆਰ ਹੈ ਕਵੀ ਪੰਜਾਬ ਦੀ ਇੱਕ ਇੱਕ ਚੀਜ਼ ਦੇ ਮੋਹ ਵਿੱਚ ਭਿੱਜਿਆ ਹੋਇਆ ਹੈ ਉਹ ਕਹਿੰਦਾ ਹੈ ਕਿ ਮੇਰੇ ਪਿਆਰੇ ਦੇਸ਼ ਤੇਰੇ ਮਹਿਲ ਮਾੜੀਆਂ ਨਿੱਕੀਆਂ ਨਿੱਕੀਆਂ ਝੁਗੀਆਂ ਇਲਕੀ ਪੁੱਤਰ ਧੀਆਂ ਬਾਗ ਬਹਾਰਾਂ ਪੀਪਲ ਅੰਬ ਹਰੇ ਭਰੇ ਬੋੜ ਤੂਤ ਸ਼ਹਿਦੂਤ 베ਰੀਆਂ 베ਰ ਮਿੱਠੇ ਤੇ ਚਮਕਦੇ ਪਾਣੀ ਦੇ ਚਸ਼ਮੇ ਉੱਚੇ ਉੱਚੇ ਪਹਾੜ ਦਿਉਦਾਰਾਂ ਦੇ ਸੋਹਣੇ ਸੋਹਣੇ ਜੰਗਲ ਘਰਤੀ ਆਕਾਸ਼ ਸਵਾਣੀਆਂ ਜਟੀਆਂ ਬੱਚੇ ਲੱਸੀ ਦੀਆਂ ਚਾਟੀਆਂ ਦੁੱਧ ਮਧਾਣੀਆਂ ਮਕਾਨਾਂ ਦੀ ਉਸਾਰੀ ਵਾਲੇ ਮਜ਼ਦੂਰ ਮਜ਼ਦੂਰਨੀਆਂ ਪਿਆਰ ਵਾਲੀਆਂ ਲੰਮੀਆਂ ਸਿਆਲ ਦੀਆਂ ਰਾਤਾਂ ਸਭ ਜਿਉਂਦੇ ਤੇ ਕਾਇਮ ਰਹਿਣ ਈਦ ਦਾ ਚੰਦ ਸਾਰੀ ਦੁਨੀਆ ਨੂੰ ਤੇਰੇ ਉੱਤੇ ਕੁਰਬਾਨ ਕਰਨ ਲਈ ਤਿਆਰ ਹੋ ਜਾਵੇ اے ਮੇਰੇ ਪਿਆਰੇ ਦੇਸ਼ ਮੈਂ ਤੇਰੀਆਂ ਬਰਕਤਾਂ ਨੂੰ ਦੇਖ ਦੇਖ ਕੇ ਸਦਾ ਅਸੀਸਾਂ ਦਿੰਦਾ ਹਾਂ ਤੂੰ ਆਪਣੀ ਹੈ ਸਾਰੀ ਦੀ ਸਾਰੀ ਸ਼ਾਨ ਨੂੰ ਸ਼ੌਕ ਸੱਭਿਆਚਾਰਕ ਵਾਤਾਵਰਨ ਖੁਸ਼ੀਆਂ ਤੇ ਕੁਦਰਤ ਦੀ ਸੁੰਦਰਤਾ ਦੇ ਨਜ਼ਾਰਿਆਂ ਨੂੰ ਸਦਾ ਮਾਣਦਾ ਰਹੇ ਤੇ ਤੇਰੇ ਪੁੱਤਰ ਧੀਆਂ ਸਦਾ ਖੁਸ਼ ਰਹਿਣ ਤੇ ਇਹ ਅਸੀਸ ਦਿੱਤੀ ਹੈ ਬੱਚਿਓ ਪੰਜਾਬ ਨੂੰ ਅਸੀਸ ਕਿੰਨਾ ਨੇ ਦਿੱਤੀ ਆਪਾਂ ਅਸੀਸ ਦੰਦੇ ਨਾ ਲੋਕਾਂ ਨੂੰ ਵੀ ਤੁਸੀਂ ਜਿਉਂਦੇ ਰਹੋ ਇਸ ਤਰ੍ਹਾਂ ਤੇ ਪ੍ਰੋਫੈਸਰ ਪੂਨ ਸਿੰਘ ਜੀ ਨੇ ਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਆਂ ਬੱਚਿਓ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਕਿੰਨਾ ਨੇ ਲਿਖੀ ਹੈ ਪ੍ਰੋਫੈਸਰ ਪੂਨ ਸਿੰਘ ਜੀ ਨੇ ਆ ਇਸ ਕਵਿਤਾ ਵਿੱਚ ਆਏ ਰੁੱਖਾਂ ਦੇ ਨਾਂ ਦੱਸੋ ਪੀਪਲ, ਅੰਬ, ਤੂਤ, ਸ਼ਹਿਦੂਤ, ਬੇਰੀ ਬਹੁਤ ਕੁਝ ਆਇਆ ਬੱਚੋ ਤੁਸੀਂ ਆਪਣੇ ਅਨਸਾਰ ਲਿਖ ਸਕਦੇ ਹੋ। ਦੇਸ਼ ਨੂੰ ਅਸੀਂ ਸਾਡੀ ਕਰੀਬਾਂ ਦੀ ਕਵਿਤਾ ਵਿੱਚ ਕਵੀ ਕਿਹੜੇ ਦੇਸ਼ ਨੂੰ ਸ਼ੀਸ ਦਿੰਦਾ ਹੈ ਪੰਜਾਬ ਨੂੰ। ਪੰਜਾਬ ਦੇ ਚਸ਼ਮਿਆਂ ਦਾ ਪਾਣੀ ਕਿਸ ਤਰ੍ਹਾਂ ਹੈ ਹੀਰੇ ਵਾਂਗ। ਕਵੀ ਪੰਜਾਬ ਵਿੱਚ ਕਿਸ ਚੀਜ਼ ਦੀਆਂ ਚਾਟੀਆਂ ਭਰੀਆਂ ਦੇਖਣਾ ਚਾਹੁੰਦਾ ਹੈ ਲੱਸੀ ਦੀਆਂ। ਲੱਸੀ ਦੀਆਂ ਚਾਟੀਆਂ ਵਿੱਚ ਕੀ ਤਰਦਾ ਹੈ ਮੱਖਣ ਦੇ ਪਿੰਨੇ। ਕਵੀ ਅਨੁਸਾਰ ਮਹਿਲ ਕੌਣ ਉਸਾਰਦੇ ਹਨ? ਰਾਜ ਤੇ ਮਜ਼ਦੂਰ ਮਤਲਬ ਮਿਸਤਰੀ ਤੇ ਮਜ਼ਦੂਰ ਕਵੀ ਛੋਟੇ ਛੋਟੇ ਹੱਥਾਂ ਨਾਲ ਕੀ ਕਰਦੀ ਪ੍ਰੇਰਣਾ ਦਿੰਦਾ ਹੈ ਵੱਡੇ ਵੱਡੇ ਕੰਮ ਕਵੀ ਅਨਸਾਰ ਪੰਜਾਬ ਦੀਆਂ ਸਿਆਲ ਦੀਆਂ ਰਾਤਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਲੰਮੀਆਂ ਤੇ ਪਿਆਰ ਵਾਲੀਆਂ ਕਵੀ ਨੇ ਈਦ ਦੇ ਚੰਦ ਨੂੰ ਸਦਕੇ ਕੁਰਬਾਨ ਹੁੰਦਾ ਦੇਖਣਾ ਚਾਹੁੰਦਾ ਹੈ ਕਿਸਦੇ ਨੂੰ ਪੰਜਾਬ ਦੇ ਨੂੰ ਸੋ ਇਹ ਸਨ ਬੱਚਿਓ ਕਵਿਤਾ ਦੇ ਪ੍ਰਸ਼ਨ ਉੱਤਰ ਕੇਂਦਰੀ ਪਾਟ ਸੰਖੇਤ ਵਿਆਖਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਬੱਚੋ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਨੂੰ ਪਿਆਰ ਕਰਨਾ ਠੀਕ ਹੈ ਦੇਸ਼ ਨੂੰ ਪਿਆਰ ਕਰਨਾ